ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿੱਲੀ ਦੇ ਤੁਗਲਕਾਬਾਦ ਵਿਖੇ ਮੰਦਰ ਢਾਏ ਜਾਣ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ, ਜਿਸ ਦੇ ਚਲਦਿਆਂ ਜਲੰਧਰ ਦੇ ਸਤਨਾਮਪੁਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰਾਂ ਤੇ ਆਪਣਾ ਗੁੱਸਾ ਦਿਖਾਉਂਦਿਆਂ ਦਲਿਤ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀ ਨੇ ਕਿਹਾ ਹੈ ਕਿ ਅੱਜ ਸਾਰੇ ਸਮੁਦਾਇ ਦੇ ਲੋਕ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਹਨ। ਸਾਰਿਆਂ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੈ। ਉਹਨਾਂ ਨੇ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਧਰਨੇ ਵਿੱਚ ਸ਼ਾਮਿਲ ਹੋਣ। ਉਹਨਾਂ ਕਿਹਾ ਹੈ ਕਿ ਜੋ ਵੀ ਜਾਣਾ ਚਾਹੁੰਦੇ ਹਨ ਉਹ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਸੰਪਰਕ ਕਰਨ। ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਅੱਜ 15 ਅਗਸਤ 2019 ਨੂੰ ਬਲੈਕ ਡੇ ਮਨਾਇਆ ਗਿਆ ਔਰ ਉਹਦੇ ਰੋਸ ਵਜੋਂ ਅੱਜ ਮੋਦੀ ਸਰਕਾਰ ਕੇਜਰੀਵਾਲ ਸਰਕਾਰ ਦਾ ਜਿਹੜਾ ਪੁਤਲਾ ਫੂਕਿਆ ਗਿਆ ਔਰ ਕਾਫੀ ਸੀਨੀਅਰ ਆਗੂ ਜਿਹੜੇ ਅਲੱਗ ਅਲੱਗ ਮੁਹੱਲਿਆਂ 'ਚੋਂ ਔਰ ਆਪਣੇ ਸਾਥੀ ਗੁਰਦਾਸ ਭਾਵਾਂ ਤੋਂ, ਭਗਵਾਨ ਵਾਲਮੀਕਿ ਭਾਵਾਂ ਤੋਂ ਔਰ ਅੰਬੇਦਕਰ ਜਥੇਬੰਦੀਆਂ ਤੋਂ ਸਾਥੀ ਔਰ ਅਲੱਗ ਅਲੱਗ ਪਾਰਟੀਆਂ ਤੋਂ ਜਿਹੜੇ ਸਾਥੀ ਹੈਗੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਔਰ ਜਿਹੜਾ ਕਿ ਧੰਨ ਧੰਨ ਸਤਿਗੁਰੂ ਦਸਵਾਂ ਦਾ ਜਿਹੜਾ ਇਤਿਹਾਸਿਕ ਸਥਾਨ ਹੈਗਾ ਦਿੱਲੀ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਢਾਇਆ ਗਿਆ ਔਰ ਉਹਦੇ ਰੋਸ ਵਜੋਂ ਅੱਜ ਜਿਹੜਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਔਰ ਜਿਹੜਾ 15 ਅਗਸਤ ਦਾ ਜਿਹੜਾ ਆਜ਼ਾਦੀ ਦਾ ਦਿਹਾੜਾ ਕਹਿ ਰਹੇ ਹੈਗਾ ਉਹਨੂੰ ਅੱਜ ਬਲੈਕ ਡੇ ਦੇ ਵਿੱਚ ਮਨਾਇਆ ਗਿਆ ਔਰ ਉਹਦਾ ਰੋਸ ਪਾਟੜ ਕੇ ਦੇਖਿਆ ਗਿਆ ਔਰ ਖਾਸ ਕਰਕੇ ਜਿਹੜੇ ਨੌਜਵਾਨ ਆਗੂ ਇੱਥੇ ਪਹੁੰਚੇ ਆ ਔਰ ਸਾਰਿਆਂ ਨਾਲੋਂ ਵੱਡਾ ਜਿਹੜਾ ਇਕੱਠ ਜਿਹੜਾ ਇੱਥੇ ਸੰਦੋਖਪੁਰਾ ਸਾਥੀਆਂ ਨੇ ਕੀਤਾ ਵਾ ਔਰ ਜਿਹੜੇ ਅਲੱਗ ਅਲੱਗ ਸਾਥੀ ਜਿਹੜੇ ਸਮੂਲੀਅਤ ਕੀਤੀ ਇਸ ਵਿੱਚ ਧਰਨੇ ਦੇ ਵਿੱਚ 21 ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਜੰਤਰ ਮੰਤਰ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਹੋਣ ਜਾ ਰਿਹਾ ਹੈਗਾ ਜਿਹੜਾ ਧੰਨ ਧੰਨ ਸਤਿਗੁਰੂ ਦਾਸ ਮਹਾਰਾਜ ਜਿਹੜਾ ਗੁਰੂ ਘਰ ਨੂੰ ਜਿਹੜਾ ਢਾਇਆ ਗਿਆ ਸੀਗਾ ਉਹਨੂੰ ਮੁੜ ਫਿਲਹਾਲ ਕਰਨ ਵਾਸਤੇ ਜਿਹੜਾ 13 ਤਰੀਕ ਨੂੰ ਜਿਹੜਾ ਭਾਰਤ ਬੰਦ ਦੀ ਵੀ ਕਾਲ ਦਿੱਤੀ ਗਈ ਸੀ ਉਹਨੂੰ ਪੂਰਾ ਨੇਤਰ ਚੜਿਆ ਵਾ ਪੰਜਾਬ ਦੇ ਵਿੱਚ ਔਰ ਅਲੱਗ ਅਲੱਗ ਸੂਬਿਆਂ ਦੇ ਵਿੱਚ ਵੀ ਔਰ ਪੂਰਾ ਜਿਹੜਾ ਵੱਡਾ ਪ੍ਰਦਰਸ਼ਨ ਜਿਹੜਾ 21 ਤਰੀਕ ਨੂੰ ਆ ਉਹ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਹੈਗਾ ਔਰ ਸਾਰੀ ਸੰਗਤ ਨੂੰ ਬੇਨਤੀ ਆ ਕਿ ਦਾਸ ਵੱਲੋਂ ਹੱਥ ਜੋੜ ਕੇ ਕਿ ਜਿੰਨੇ ਵੀ ਤੁਸੀਂ ਸਾਥੀ ਹੈਗੇ ਆਪਣੇ ਬੱਚਿਆਂ ਪਰਿਵਾਰ ਦੇ ਨਾਲ ਵੱਡਿਆਂ ਨਾਲ ਸਾਰਿਆਂ ਨਾਲ ਸ਼ਮੂਲੀਅਤ ਕਰਨ ਉਸ ਧਰਨੇ ਦੇ ਵਿੱਚ ਔਰ ਜਿਨ੍ਹਾਂ ਸਾਥੀਆਂ ਨੇ ਜਾਣ ਦੇ ਚਾਹਵਾਨ ਹੈਗੇ ਆ ਔਰ ਜ਼ਰੂਰੀ ਬੇਨਤੀ ਹੈ ਕਿ ਸਾਡੇ ਨੰਬਰ ਵੀ ਇਸ ਟਾਈਮ ਸੋਸ਼ਲ ਮੀਡੀਆ 'ਤੇ ਚੱਲਦੇ ਪਏ ਹੈ ਕਿ ਜਿਨ੍ਹਾਂ ਸਾਥੀਆਂ ਨੇ ਜਾਣਾ ਵਾ ਆਪਣੇ ਗੁਰਦੁਆਰੇ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਨ ਤਾਂ ਜੋ ਸਾਡੇ ਤੱਕ ਤੁਹਾਡੀ ਪਹੁੰਚ ਕਰ ਸਕਣ ਔਰ ਜਿਨ੍ਹਾਂ ਸਾਥੀਆਂ ਨੇ ਜਾਣਾ ਹੈਗਾ ਔਰ ਖਾਸ ਕਰਕੇ ਛੋਟੇ ਵੱਡੇ ਬੱਚੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ ਕੇ ਉਸ ਧਰਨੇ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਸਾਡੇ ਧੰਨ ਧੰਨ ਸਤਿਗੁਰੂ ਦਾਸ ਮਹਾਰਾਜ ਜਿਹੜਾ ਮੰਦਰ ਹੈਗਾ ਗੁਰੂ ਘਰ ਹੈਗਾ ਉਹਦਾ ਨਿਰਮਾਣ ਹੋ ਸਕੇ ਔਰ ਸਰਕਾਰ ਨੂੰ ਪਤਾ ਲੱਗ ਸਕੇ ਕਿਉਂਕਿ ਰਵਿਦਾਸੀਆ ਕੌਮ ਹੁਣ ਸੁਣਦੀ ਨਹੀਂ ਹੈਗੀ ਉਹ ਜਾਗ ਚੁੱਕੀ ਆ ਆਪਣੇ ਹੱਕ ਲੈਣਾ ਵੀ ਹੁਣ ਜਾਣ ਚੁੱਕੀ ਆ ਔਰ ਉਹਦੀ ਜਿਹੜੀ ਉਦਾਹਰਣ ਹੈ ਕਿ 13 ਤਰੀਕ ਨੂੰ ਬਾਂਦਰੀ ਕਾਲ ਵਿੱਚ ਸਕਸੈਸਫੁੱਲ ਹੋ ਚੁੱਕੀ ਆ ਔਰ ਅੱਜ ਜਿਹੜਾ 15 ਅਗਸਤ ਨੂੰ ਅੱਜ ਮੋਦੀ ਸਰਕਾਰ ਦਾ ਜਿਹੜਾ ਕੇਜਰੀਵਾਲ ਸਰਕਾਰ ਦਾ ਪੁਤਲਾ ਫੂਕਿਆ ਗਿਆ ਜਲੰਧਰ ਦੇ ਵਿੱਚ ਔਰ ਸਾਰੇ ਸਾਥੀਆਂ ਨੂੰ ਇੱਕ ਵਾਰੀ ਫਿਰ ਤੋਂ ਅਪੀਲ ਆ ਜਿੰਨੇ ਵੀ ਸਾਥੀ ਜਾਣ ਦੇ ਚਾਹਵਾਨ ਹੈਗੇ ਆ ਉਹ ਆਪਣੇ ਮੁਹੱਲੇ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਤਾਂ ਜੋ ਸੰਪਰਕ ਸਾਡੇ ਤੱਕ ਪਹੁੰਚਣ ਔਰ ਅਸੀਂ ਜਿੰਨੇ ਵੀ ਇੱਕ ਵਾਰੀ ਫਿਰ ਇਸ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਔਰ ਆਉਣ ਟਾਈਮ 'ਤੇ ਜੇ ਸਮਝਦੇ ਸਰਕਾਰ ਨੇ ਨਾ ਆਪਣੀ ਫੈਸਲਾ ਵਾਪਸ ਲਿਆ ਔਰ ਉਹਦਾ ਜਿਹੜਾ ਰਿਜ਼ਲਟ ਨਿਕਲੂਗਾ ਉਹ ਭਿਆਨਕ ਨਿਕਲੂਗਾ ਉਹਦੀ ਅਸੀਂ ਪਹਿਲੇ ਵੀ ਉਦਾਹਰਣ ਦੇ ਚੁੱਕੇ ਹਾਂ ਔਰ ਸਰਕਾਰ ਨੂੰ ਇੱਕੋ ਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਧੰਨ ਧੰਨ ਸਤਿਗੁਰੂ ਦਾਸ ਮੰਦਰ ਨੂੰ ਉਸਾਰੀ ਕੀਤੀ ਜਾਵੇ। ਜੈ ਗੁਰਦੇਵ, ਧੰਨ ਗੁਰਦੇਵ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝੇ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।